ਅਸੀਂ ਦਰਸ਼ਨ ਲਈ ਆਉਂਦੇ ਆ ਸੋ ਨਗਰ ¡Gracias!
ਆ ਬਹੁਤ ਸ਼ਾਂਤ ਨਹੀਂ ਹੋ ਜਾ ਜੀ ਸ਼ਾਂਤ ਨਹੀਂ ਹੋ ਜਾ ਨਾ ਛੱਡ ਗੁਰ ਇਤਿਹਾਸ ਨਹੀਂ ਜਾਣੂ ਕਰਵਾਉਣਗੇ ¿Qué es lo que pasa?
ਖਾਲਸਾ ਜੀ ਜਹੋ ਜਲਾਲ ਦੇ ਨਾਲ ਜਿੱਥੇ ਕਿ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਅੱਜ ਆਖਰੀ ਜੋੜ ਮੇਲ ਹੈ ਜਿੱਥੇ ਕਿ ਹਰੇਕ ਸਾਲ ਦੀ ਤਰ੍ਹਾਂ ਆਖਰੀ ਦਿਨ ਜਦੋਂ ਹੁੰਦਾ ਜੋੜ ਮੇਲ ਦਾ ਉਸ ਦਿਨ ਨਿਹੰਗ ਸਿੰਘ ਵੱਲੋਂ ਕਰਤੱਵ ਦਿਖਾਏ ਜਾਂਦੇ ਨੇ ਆਪਣੇ ਜ਼ੋਹਰ ਦਿਖਾਏ ਜਾਂਦੇ ਨੇ ਨੇਜੇਬਾਦੀ ਦਿਖਾਈ ਜਾਂਦੀ ਹੈ ਗਤਕਾ ਦੇ ਜੋੜ ਦਿਖਾਏ ਜਾਂਦੇ ਨੇ ਤੇ ਮਹੱਲਾ ਕੱਢਿਆ ਜਾਂਦਾ ਹੈ ਨੇ ਮਹੱਲਾ ਉਹ ਪ੍ਰਤੀਕ ਹੈ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਨਿਹੰਗ ਸਿੰਘ ਲੜਦੇ ਨੇ ਉਹ ਇੱਕ ਆਪਾਂ ਕਹੀਏ ਦਿਖਾਇਆ ਜਾਂਦਾ ਵੀ ਨਿਹੰਗ ਸਿੰਘਾਂ ਦਾ ਜੋ ਮਹੱਲਾ ਹੁੰਦਾ ਹੈ ਯੁੱਧਾਂ ਦੇ ਵਿੱਚ ਕਿਸ ਤਰ੍ਹਾਂ ਕਰਤੱਵ ਕਰਦੇ ਨੇ ਕਿਸ ਤਰ੍ਹਾਂ ਗਤਕਾ ਖੇਡਦੇ ਨੇ ਪੂਰਾ ਦਿਖਾਇਆ ਜਾਂਦਾ ਤੇ ਆਪਾਂ ਜੇ ਗੱਲ ਕਰੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜੋ ਸਿੱਖ ਸੰਗਤ ਹੈ ਚਾਹੇ ਬਾਹਰ ਦੀ ਸੰਗਤ ਹੈ ਉਹ ਦੇਖਣ ਵਾਸਤੇ ਨਿਹੰਗ ਸਿੰਘਾਂ ਨੂੰ ਵੀ ਕਿਸ ਤਰ੍ਹਾਂ ਕਰਤੱਵ ਕਰਦੇ ਨੇ ਚਾਹੇ ਗਤਕਾ ਖੇਡਦੇ ਨੇ ਘੋੜ ਸਵਾਰੀ ਕਰਦੇ ਨੇ ਇੱਕ ਘੋੜੇ ਦੇ ਉੱਪਰ ਘੋੜ ਸਵਾਰੀ ਹੋਵੇ ਚਾਹੇ ਚਾਰ ਘੋੜਿਆਂ ਦੇ ਉੱਪਰ ਘੋੜ ਸਵਾਰੀ ਹੋਵੇ ਜਿਸ ਤਰ੍ਹਾਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਇੱਕ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਨੇਜੇ ਫੜ ਕੇ ਨਿਹੰਗ ਸਿੰਘਾਂ ਵੱਲੋਂ ਦੋ ਦੋ ਘੋੜਿਆਂ ਦੇ ਉੱਪਰ ਦੇਖੋ ਦੋ ਘੋੜਿਆਂ ਦੇ ਉੱਪਰ ਖੜ੍ਹੇ ਹੋ ਕੇ
ਜੋ ਕਿ ਇਹ ਕਰਤੱਵ ਦਿਖਾਏ ਜਾਂਦੇ ਨੇ ਤੇ ਦੇਖ ਸਕਦੇ ਹੋ ਵੀ ਇੱਕ ਗੁਰਿਆਂ ਦੇ ਉੱਪਰ ਜੋ ਕਿ ਇਹ ਨਿਹੰਗ ਸਿੰਘਾਂ ਵੱਲੋਂ ਖੜੇ ਹੋ ਕੇ ਹੱਥ ਛੱਡ ਕੇ ਜੋ ਕਿ ਜੌਹਰ ਦਿਖਾਏ ਜਾਂਦੇ ਨੇ ਜਿਵੇਂ ਉਸੇ ਤਰ੍ਹਾਂ ਇਸ ਮਹੱਲੇ ਦੇ ਵਿੱਚ ਜੌਹਰ ਦਿਖਾਏ ਜਾਂਦੇ ਨੇ ਤੇ ਅੱਜ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦਾ ਆਖਰੀ ਜੋੜ ਮੇਲਾ ਹੈ ਤੇ ਹੁਣ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਦੀ ਧਰਤੀ ਵੱਲ ਜੋ ਕਿ ਇਹ ਜੋੜ ਮੇਲ ਜਾਵੇਗਾ 25, 26, 27, 28 ਦਾ ਤੇ ਆਓ ਦੇਖਦੇ ਹਾਂ ਨਿਹੰਗ ਸਿੰਘ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਸਾਧ ਸੰਗਤ ਨੂੰ ਪਤਾ ਹੈ ਕਿ ਪੰਥ ਖਾਲਸੇ ਨੂੰ ਸਾਰੇ ਨੂੰ ਜੋ ਕਿ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਚਮਕੌਰਗੜ੍ਹੀ ਦੇ ਜਿੰਨੇ ਵੀ ਸ਼ਹੀਦ ਹੋਏ, ਭਾਈ ਜੇਤਾ ਜੀ, ਬਾਬਾ ਜੀਵਨ ਸਿੰਘ ਜੀ, ਸਾਰਿਆਂ ਦੀ ਯਾਦ 'ਚ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਜੋ ਕਿ ਸਭਾ ਹੈ ਨਾ ਜੋੜ ਮੇਲੇ ਦੇ। ਬਾਕੀ ਹੁਣ ਸਾਰੇ ਹੀ ਨਿਹੰਗ ਸਿੰਘ ਜਥੇਬੰਦੀ ਵੱਲੋਂ ਸਮੁੱਚਿਆਂ ਵੱਲੋਂ ਪੂਰੇ ਜਾਹੋ ਜਲਾਲ ਦੇ ਨਾਲ ਖਾਲਸਾ ਪੰਥ ਦੀ ਜਿਹੜੀ ਵਿਰਾਇਤਾ ਚੱਲਦੀ ਆ ਰਹੀ ਹੈ, ਸ਼ੁਰੂ ਤੋਂ ਮਹੱਲਾ ਚੜ੍ਹਿਆ ਜਾ ਰਿਹਾ ਜਿਹ 'ਚ ਕਿ ਹੁਣ ਘੋੜਸਵਾਰੀ, ਨੇਜੇਬਾਜ਼ੀ, ਸ਼ਸਤਰ ਵਿੱਦਿਆ ਦੇ ਅਖਾੜੇ ਲਾਏ ਜਾਣਗੇ। ਸਮੁੱਚੀ ਸੰਗਤ ਨੂੰ, ਸਮੁੱਚੀ ਕੌਮ ਨੂੰ ਇਹੀ ਬੇਨਤੀ ਕਰਦੇ ਕਿ ਜਿਹੜੇ ਵੱਡਿਆ ਯੋਧਿਆਂ ਦੀ ਸ਼ਹੀਦੀ, ਸਾਡੇ ਜਰਨੈਲਾਂ ਦੀ, ਸਾਹਿਬਜ਼ਾਦਿਆਂ ਦੀ ਗਾਂ, ਫਤਿਹਗੜ੍ਹ ਸਾਹਿਬ ਦੀ ਸਭਾ ਆ ਜਾਣੀ ਹੈ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ, ਕਿਉਂਕਿ ਅਸੀਂ ਸੰਗਤ ਨੂੰ ਇਹੀ ਕਹਿਣਾ ਚਾਹੁੰਦੇ ਵੀ ਅਸੀਂ ਅੰਮ੍ਰਿਤਧਾਰੀ ਹੋਈਏ, ਗੁਰੂ ਵਾਲੇ ਬਣੀਏ, ਗੁਰੇ ਨਾ ਰਹੀਏ, ਤਿਆਰ ਪਰ ਤਿਆਰ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਧੀਆ ਬਣੇ, ਕਿਉਂ ਜੇ ਸਾਡਾ ਇੱਥੇ ਆਉਣ ਦਾ ਤਾਂ ਹੀ ਫਾਇਦਾ ਏਡੇ ਵੱਡੇ ਸਥਾਨਾਂ 'ਤੇ ਨਮਸਕਾਰ ਕਰਨ ਦਾ, ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਨਾਲ ਉਹਨਾਂ ਨਾਲ ਜੁੜਨ ਦਾ ਤਾਂ ਹੀ ਸਾਨੂੰ ਇੱਥੇ ਨਮਸਕਾਰ ਕਰਨ ਦਾ ਫਾਇਦਾ, ਜੇ ਅਸੀਂ ਗੁਰੂ ਵਾਲੇ ਬਣ ਕੇ ਅੰਮ੍ਰਿਤਧਾਰੀ ਹੋ ਕੇ ਤਿਆਰ ਪਰ ਤਿਆਰ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਰਿਆਦਾ 'ਚ ਰਹਿ ਸਕੀਏ। ਬਾਬਾ ਜੀ ਦੇਖੀਏ, ਇਸ ਧਰਤੀ ਦੇ ਉੱਪਰ ਸਭ ਤੋਂ ਵੱਡਾ ਯੁੱਧ ਹੋਇਆ, 40 ਸਿੰਘਾਂ ਨੇ ਕਿਤੇ ਨਾ ਕਿਤੇ 10 ਲੱਖ ਤੋਂ ਵੱਧ ਦੀ ਮੁਗਲ ਫੌਜਾਂ ਨਾਲ ਟਾਕਰਾ ਕੀਤਾ ਇਸ ਧਰਤੀ ਦੇ ਉੱਪਰ। ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ 10 ਲੱਖ ਤਾਂ ਦਿੱਲੀ ਦੀ ਫੌਜ ਸੀਗੀ ਜਿਹੜੀ ਮੁਗਲ ਫੌਜ, 10 ਲੱਖ ਦਿੱਲੀ ਦੀ ਫੌਜ ਸੀਗੀ, ਬਾਕੀ ਜਿਹੜੇ 22 ਧਾਰ ਦੇ ਰਾਜੇ ਸੀ ਮਹਾਰਾਜ ਦੇ ਖਿਲਾਫ ਹੋਏ, 22 ਧਾਰ ਦੇ ਰਾਜਿਆਂ ਦੀ ਅੱਡ ਫੌਜ ਸੀਗੀ, 23 ਲੱਖ ਫੌਜ ਕਿਹਾ ਜਾਂਦਾ, ਜਿਨ੍ਹਾਂ ਦੇ ਨਾਲ ਕਿ ਸਾਹਿਬਜ਼ਾਦਿਆਂ ਨੇ ਜਿਹੜੇ ਸਿੰਘ ਸੀਗੇ ਉਹਨਾਂ ਨੇ ਜੰਗ ਲੜਿਆ ਹੈ। ਦੇਖੋ ਕਿੱਡੀਆਂ ਵੱਡੀਆਂ ਕੁਰਬਾਨੀਆਂ, ਕਿੱਡੀ ਵੱਡੀ ਠੰਡ ਸੀ, ਕਿੰਨੀਆਂ ਸ਼ਹੀਦੀਆਂ ਹੋਈਆਂ ਸਾਨੂੰ ਜੇ ਸਾਡੀ ਕੌਮ ਅੱਜ ਨਾ ਸਮਝ ਸਕੀ। ਦੇਖੋ ਕ੍ਰਿਸਮਿਸ ਦਿਹਾੜਾ ਆ ਗਿਆ ਹੈ ਨਾ, ਜਿਨ੍ਹਾਂ ਦਾ ਹੈਗਾ ਮਨਾਉਣ ਬੜੀ ਖੁਸ਼ੀ ਦੀ ਗੱਲ ਆ, ਪਰ ਜੇ ਸਾਡਾ ਸਿੱਖ ਪੰਥ ਦਾ ਕੋਈ ਵੀ ਪਰਿਵਾਰ ਮਨਾਉਂਦਾ ਹੈ ਤਾਂ ਉਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ, ਜਿਹੜਾ ਕਿ ਕ੍ਰਿਸਮਿਸ ਦਾ ਦਿਹਾੜਾ ਸਾਡੇ ਪਰਿਵਾਰਾਂ 'ਚ ਮਨਾਉਂਦਾ। ਹਾਂ, ਜਿਨ੍ਹਾਂ ਦਾ ਦਿਹਾੜਾ ਹੈਗਾ ਹੈ ਉਹ ਮਨਾਉਣ, ਬਹੁਤ ਵਧੀਆ ਗੱਲ, ਉਹਨਾਂ ਨੂੰ ਆਪਣੇ ਧਰਮ 'ਚ ਮਨਾਉਣਾ ਚਾਹੀਦਾ। ਜੇ ਖਾਲਸਾ ਪੰਥ ਦੇ ਵਿੱਚ ਰਹਿ ਕੇ, ਸਿੱਖ ਕੌਮ ਦੇ ਵਿੱਚ ਜਨਮ ਲੈ ਕੇ, ਜੇ ਅਸੀਂ ਆਪਣੇ ਪਿਓ ਦੇ ਨਹੀਂ ਬਣ ਸਕਦੇ ਫਿਰ ਉਹਨਾਂ ਨੂੰ ਪਤਾ ਹੋਏਗਾ ਵੀ ਉਹ ਕਿਹਦੇ ਆ। ਇਸ ਕਰਕੇ ਸਾਨੂੰ ਆਪਣੇ ਹੀ ਦਿਹਾੜੇ ਮਨਾਉਣੇ ਚਾਹੀਦੇ, ਆਪਣੇ ਸ਼ਹੀਦਾਂ ਦੇ, ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਚਾਹੀਦਾ ਕਿ ਸਾਡੇ ਸ਼ਹੀਦਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਕਿਵੇਂ ਸਾਡਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਰਿਵਾਰ ਵਾਰਿਆ, ਕਿਵੇਂ ਵਿਛੋੜੇ ਪਏ। ਇਸ ਕਰਕੇ ਜੇ ਅਸੀਂ ਅੱਜ ਵੀ ਨਹੀਂ ਸਮਝ ਸਕਦੇ ਤਾਂ ਸਾਡੀ ਕੌਮ ਨੂੰ ਆਪ ਦੇਖਣਾ ਚਾਹੀਦਾ ਵੀ ਅਸੀਂ ਕੀ ਕਰਨਾ। ਕਿਤੇ ਨਾ ਕਿਤੇ ਸਾਡੀ ਕੌਮ ਨੂੰ ਵਾਪਸ ਆਉਣ ਦੀ ਲੋੜ ਹੈ ਸਿੱਖ ਧਰਮ ਦੇ ਵਿੱਚ, ਕਿਤੇ ਨਾ ਕਿਤੇ ਪਤਿਤ ਹੁੰਦੇ ਜਾ ਰਹੇ। ਜੇ ਆਪਾਂ ਗੱਲ ਕਰੀਏ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਨੂੰ ਜਾ ਰਹੇ, ਬਾਬਾ ਜੀ ਦੇਖੋ ਅਸੀਂ ਇਹੀ ਗੱਲ ਕਹਿੰਦੇ ਹਾਂ ਵੀ ਦੇਖੋ ਤੁਸੀਂ ਆਪ ਹੀ ਸਿਆਣੇ ਜੇ, ਹੁਣ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਜਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਸਾਡੀਆਂ ਸੰਪਰਦਾਵਾਂ, ਸਾਡੀਆਂ ਜਥੇਬੰਦੀਆਂ, ਜਿੰਨੇ ਕੌਮ ਦੇ ਠੇਕੇਦਾਰ ਏ, ਉਹ ਖਾਲਸਾ ਰਾਜ ਦੀ ਗੱਲ ਤਾਂ ਕਰਦੇ ਆ। ਪਹਿਲੀ ਗੱਲ ਤਾਂ ਅੱਜ ਤੱਕ ਅੱਧੇ ਤਾਂ ਗੁਰੂ ਗੋਬਿੰਦ ਸਿੰਘ ਦਾ ਪ੍ਰਚਾਰ ਹੀ ਨਹੀਂ ਕਰਦੇ 10ਵੇਂ ਪਾਤਸ਼ਾਹ ਦੇ ਪਰਿਵਾਰ ਬਾਰੇ ਵੀ ਕਿੰਨੀਆਂ ਸ਼ਹੀਦੀਆਂ ਹੋਈਆਂ। ਸਾਨੂੰ ਜਿੱਥੇ ਕਿ ਜਾਤਾਂ ਪਾਤਾਂ ਤੋਂ ਉੱਚਾ ਉੱਠ ਕੇ ਜਿਨ੍ਹਾਂ ਨੇ ਦੋ ਬਾਟੇ, ਦੋ ਪੰਗਤਾ, ਉਹਨਾਂ ਨੂੰ ਸਮਝਣ ਦੀ ਲੋੜ ਹੈ ਸਾਨੂੰ ਅੱਜ। ਦੇਖੋ ਸਾਡੇ ਪੰਜਾਬ 'ਤੇ ਅੱਜ ਬਈਏ ਰਾਜ ਕਰਨ ਦੇ ਆ, ਬਈਏ ਭਾੜੂ ਪੈਣ ਦੇ ਆ, ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਸਾਰਿਆਂ ਦੇ ਵਿਦੇਸ਼ਾਂ ਨੂੰ ਜਾ ਰਹੇ, ਕੋਈ ਕੈਨੇਡਾ, ਕੋਈ ਅਮਰੀਕਾ, ਖਾਲਿਸਤਾਨ ਦੀ ਮੰਗ ਤਾਂ ਸਾਰੇ ਕਰਦੇ ਨੇ। ਖਾਲਿਸਤਾਨ ਦਾ ਰਾਜ ਕਰਨਾ ਕਿਹਨਾਂ ਨੇ? ਬੱਚੇ ਦੇ ਸਾਰੇ ਇਹਨਾਂ ਨੇ ਬਾਹਰ ਭੇਜਤੇ, ਰਹਿਣਾ ਇੱਥੇ ਕੋਈ ਚਾਹੁੰਦਾ ਨਹੀਂ, ਰਹਿਣਾ ਇੱਥੇ ਕੋਈ ਚਾਹੁੰਦਾ ਨਹੀਂ। ਜਿਹੜੀਆਂ ਸੰਪਰਦਾ ਵੱਡੇ ਵੱਡੇ ਬਾਬੇ ਨੇ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਆ, ਉਹਨਾਂ ਦੇ ਬੱਚੇ ਸਾਰੇ ਕੈਨੇਡਾ, ਅਮਰੀਕਾ 'ਚ ਸੈੱਟ ਨੇ, ਫਿਰ ਖਾਲਸਾ ਰਾਜ ਕੌਣ ਕਰੇਗਾ ਬਈਏ ਆ ਕੇ ਪੰਜਾਬ 'ਚ? ਬੱਚੇ ਤਾਂ ਅਸੀਂ ਬਾਹਰ ਸੈੱਟ ਕਰੀ ਜਾਂਦੇ ਹਾਂ। ਸਾਨੂੰ ਇਹੀ ਸੋਚਣ ਦੀ ਲੋੜ ਹੈ, ਅਸੀਂ ਜਿਹੜੇ ਬਾਹਰ ਬੱਚੇ ਜ਼ਿਆਦਾ ਭੇਜਦੇ ਹਾਂ ਇੱਥੇ ਖਾਲਸਾ ਰਾਜ ਤਾਂ ਅਸੀਂ ਤਾਂ ਹੀ ਕਰਾਂਗੇ ਜੇ ਸਾਡੇ ਪਰਿਵਾਰ, ਸਾਡੇ ਬੱਚੇ ਰਹਿਣਗੇ। ਜੇ ਸਾਡੇ ਬੱਚੇ ਦੇ ਬਾਹਰ ਇੱਥੇ, ਤਾਂ ਫਿਰ ਬਈਆਂ ਨੇ ਰਾਜ ਕਰਨਾ, ਖਾਲਸਾ ਰਾਜ। ਸਾਨੂੰ ਪਹਿਲਾਂ ਸੁਧਾਰ ਕਰਨ ਦੀ ਲੋੜ ਹੈ, ਜਾਤਾਂ ਪਾਤਾਂ ਖਤਮ ਕਰਨ ਦੀ ਲੋੜ ਹੈ। ਸਾਨੂੰ ਇਹ ਦੇਖਣਾ ਪੈਣਾ ਵੀ ਸਾਡੇ ਬੱਚਿਆਂ ਦਾ ਭਵਿੱਖ ਕੀ ਆ। ਇੱਥੋਂ ਸਾਡੇ ਜਿਹੜੇ ਕਈ ਬਾਬੇ ਨੇ, ਵੱਡੇ ਸੰਤ ਨੇ, ਕੋਈ ਲੀਡਰ ਨੇ, ਇੱਥੋਂ ਜ਼ਮੀਨਾਂ ਬਾਹਰ ਜ਼ਿਆਦਾ ਖਰੀਦੀ ਜਾਂਦੇ ਆ, ਉਹੀ ਪੈਸਾ ਪੰਜਾਬ 'ਚ ਲਾਉਣ, ਸਾਡੇ ਬੱਚੇ ਪੜ੍ਹਨ, ਸਾਡੇ ਗੁਰੂ ਘਰ ਵਧੀਆ ਹੋਣ, ਸਾਡੇ ਜਿਹੜੇ ਗਰੀਬ ਸਿੱਖ ਆ ਉਹਨਾਂ ਦੇ ਪਰਿਵਾਰਾਂ ਨੂੰ ਸਾਂਭਿਆ ਜਾਵੇ। ਆਪੀ ਖਾਲਸਾ ਪੰਥ ਦੀ ਜੈ ਜੈਕਾਰ ਹੋਏਗੀ। ਅੰਮ੍ਰਿਤਪਾਲ ਦੀ ਖਾਲਸਾ ਵੀਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਪੂਰੇ ਪੰਜਾਬ ਦੇ ਵਿੱਚ ਇੱਕ ਲੰਬਾ ਨਗਰ ਕੀਰਤਨ ਦੇ ਰੂਪ ਵਿੱਚ ਕੱਢਿਆ ਗਿਆ, ਹੁਣ ਅੱਜ ਰੋਪੜ ਵਿਖੇ ਪਹੁੰਚ ਰਹੇ ਨੇ, ਕਿਸ ਤਰ੍ਹਾਂ ਦੇਖਦੇ ਹੋ ਖਾਲਸਾ ਵੀਰ ਨੂੰ? ਦੇਖੋ ਜਿਹੜਾ ਖਾਲਸਾ ਵੀਰ ਹੈ, ਬੜੀ ਵਧੀਆ ਗੱਲ ਹੈ ਜੇ ਅੰਮ੍ਰਿਤਪਾਲ ਸਿੱਖੀ ਦਾ ਪ੍ਰਚਾਰ ਕਰ ਰਿਹਾ, ਗੁਰੂ ਗੋਬਿੰਦ ਸਿੰਘ ਦੇ ਸਿੰਘ ਸਜਾ ਰਿਹਾ ਹੈ, ਬਾਣੀ ਮਾਣੇ ਦੇ ਧਾਰਨੀ ਕਰ ਦਾ, ਬਹੁਤ ਵਧੀਆ ਗੱਲ, ਕਰਨਾ ਚਾਹੀਦਾ। ਪਰ ਜਿੱਥੇ ਕਿ ਛੋਟੇ ਛੋਟੇ ਮੁੱਦਿਆਂ ਨੂੰ ਸਾਨੂੰ ਛੱਡ ਕੇ, ਖਾਸ ਕਰਕੇ ਸੰਪਰਦਾਵਾਂ ਦੇ ਵੀ ਧਿਆਨ ਦੇਣ ਦੀ ਲੋੜ ਹੈ ਅੰਮ੍ਰਿਤਪਾਲ ਨੂੰ।
ਕਿਉਂਕਿ ਜਦੋਂ ਅਸੀਂ ਖਾਲਸਾ ਪੰਥ ਦੀ ਗੱਲ ਕਰਾਂਗੇ ਖਾਲਸਾ ਰਾਜ ਦੀ ਗੱਲ ਕਰਾਂਗੇ ਜਿੰਨਾ ਚਿਰ ਤੱਕ ਪੰਜਾਬ 'ਚੋਂ ਅਸੀਂ ਠੇਕੇਦਾਰ ਸਿਸਟਮ ਨਹੀਂ ਖਤਮ ਕਰਦੇ ਉਹਨਾਂ ਚਿਰ ਸਾਡੀ ਸਿੱਖ ਕੌਮ ਇਕੱਠੀ ਨਹੀਂ ਹੋ ਸਕਦੀ ਉਹਨਾਂ ਚਿਰ ਖਾਲਸਾ ਰਾਜ ਨਹੀਂ ਕਾਇਮ ਹੋ ਸਕਦਾ ਉਹਨਾਂ ਨੂੰ ਵੀ ਇਹ ਸੋਚਣ ਦੀ ਲੋੜ ਜਿਹੜੇ ਸਾਡੇ ਬੱਚੇ ਬਾਹਰਾਂ ਨੂੰ ਭੱਜਦੇ ਆ ਅਤੇ ਉਹ ਸਾਨੂੰ ਸੋਚ ਕੇ ਬੱਚਿਆਂ ਨੂੰ ਪੰਜਾਬ ਦੇ ਵਿੱਚ ਪ੍ਰੇਰਿਤ ਕਰਨ ਦੀ ਲੋੜ ਹੈ ਵੀ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਖਾਲਸਾ ਰਾਜ ਦੀ ਗੱਲ ਕਰੀਏ ਅਖੀਰ ਵਿੱਚ ਕੋਈ
I'm going to go to the hospital.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।